ਗਰਾਊਂਡ ਰਿਪੋਰਟ ਟੀਵੀ ਨਿਊਜ਼ ਇੰਡੀਆ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਾਂ ਪਿਸ਼ੌਰਾ ਸਿੰਘ ਪੰਨੂ। ਪਿੰਡ ਸੁੱਗਾ ਵਿਖੇ ਮੈਡਲਾਂ ਵਾਲਿਆਂ ਦੇ ਘਰ ਦੇ ਨਾਮ ਨਾਲ ਮਸ਼ਹੂਰ ਹੋਏ ਬਾਵਾ ਪਰਿਵਾਰ ਦੇ ਬੇਟੇ ਵੱਲੋਂ ਹੁਣ ਏਸ਼ੀਅਨ ਤੀਰ ਅੰਦਾਜ਼ੀ ਚੈਂਪੀਅਨਸ਼ਿਪ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿੱਚ ਚਾਂਦੀ ਦਾ ਤਗਮਾ ਜਿੱਤਣ ਨਾਲ ਪਿੰਡ ਅਤੇ ਪੂਰੇ ਇਲਾਕੇ ਵਿੱਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ। ਪੇਸ਼ ਹੈ ਇਸ ਸੰਬੰਧੀ ਗਰਾਊਂਡ ਰਿਪੋਰਟ ਟੀਵੀ ਨਿਊਜ਼ ਇੰਡੀਆ ਦੀ ਇਹ ਵਿਸ਼ੇਸ਼ ਰਿਪੋਰਟ। ਵੈਸੇ ਤਾਂ ਸਮਾਜ ਅੰਦਰ ਇਹ ਧਾਰਨਾ ਬਣੀ ਹੋਈ ਹੈ ਕਿ ਪਿੰਡਾਂ ਦੇ ਬੱਚਿਆਂ ਨਾਲੋਂ ਸ਼ਹਿਰੀ ਬੱਚੇ ਜ਼ਿਆਦਾ ਤੇਜ਼ ਹੁੰਦੇ ਹਨ, ਪਰ ਹੁਨਰ, ਮਿਹਨਤ ਅਤੇ ਮਜ਼ਬੂਤ ਇੱਛਾ ਸ਼ਕਤੀ ਹੋਵੇ ਤਾਂ ਕੋਈ ਵੀ ਮੰਜ਼ਿਲ ਸਰ ਕਰ ਸਕਦੇ ਨੇ, ਪੇਂਡੂ ਅਤੇ ਖਾਸ ਕਰ ਗਰੀਬ ਘਰਾਂ ਦੇ ਬੱਚੇ ਵੀ। ਅਜਿਹੀ ਹੀ ਮਿਸਾਲ ਪੈਦਾ ਕਰਕੇ ਦਿਖਾਈ ਹੈ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਸੁੱਗਾ ਨਿਵਾਸੀ ਨੌਜਵਾਨ ਗੁਰਵਿੰਦਰ ਸਿੰਘ ਬਾਵਾ ਨੇ, ਜਿਨ੍ਹਾਂ ਨੇ ਬੰਗਲਾਦੇਸ਼ ਦੇ ਢਾਕਾ ਵਿੱਚ ਹੋਈ ਏਸ਼ੀਅਨ ਤੀਰ ਅੰਦਾਜ਼ੀ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗਮਾ ਹਾਸਲ ਕਰਕੇ ਪੂਰੇ ਦੇਸ਼, ਸੂਬੇ, ਪਿੰਡ ਸੁੱਗਾ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਗੁਰਵਿੰਦਰ ਸਿੰਘ ਬਾਵਾ, ਜੋ ਕਿ ਹੁਣ ਭਾਰਤੀ ਫੌਜ ਵਿੱਚ ਸੇਵਾ ਨਿਭਾ ਰਹੇ ਹਨ, ਅਤੇ ਉਹਨਾਂ ਦੀ ਭੈਣ ਸੁਮਨਦੀਪ ਕੌਰ ਬਾਵਾ, ਜੋ ਕਿ CRPF ਵਿੱਚ ਸੇਵਾ ਨਿਭਾ ਰਹੇ ਨੇ, ਤੀਰ ਅੰਦਾਜ਼ੀ ਵਿੱਚ ਹੁਣ ਤੱਕ ਇੰਨੇ ਕੁ ਮੈਡਲ ਅਤੇ ਮਾਨ ਸਨਮਾਨ ਦੇਸ਼ ਵਿਦੇਸ਼ ਵਿੱਚੋਂ ਹਾਸਲ ਕੀਤੇ ਹਨ ਕਿ ਜੇਕਰ ਉਹਨਾਂ ਦੀ ਗਿਣਤੀ ਕਰਨ ਲੱਗੀਏ ਤਾਂ ਇੱਕ ਤੋਂ ਵੱਧ ਇੱਕ ਸਫਲਤਾ ਸਾਹਮਣੇ ਆਉਂਦੀ ਹੈ। ਇਸ ਸੰਬੰਧੀ ਉਹਨਾਂ ਦੇ ਪਿਤਾ ਸ਼੍ਰੀ ਚਮਨ ਲਾਲ ਬਾਵਾ ਨੇ ਆਪਣੇ ਬੇਟੇ ਅਤੇ ਬੇਟੀ ਦੀ ਸਫਲਤਾ 'ਤੇ ਨਾਜ ਕਰਦਿਆਂ ਜਿੱਥੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਹੈ, ਉੱਥੇ ਉਹਨਾਂ ਨੇ ਇਸ ਦਾ ਸਿਹਰਾ ਆਪਣੇ ਬੇਟੇ ਅਤੇ ਬੇਟੀ ਵੱਲੋਂ ਕੀਤੀ ਸਿਰ ਤੋੜ ਮਿਹਨਤ ਅਤੇ ਰਸਤਾ ਦਿਖਾਉਣ ਵਾਲੇ ਕੋਚ ਦੇ ਸਿਰ ਬੰਨਿਆ ਹੈ। ਪਿੰਡ ਸੁੱਗਾ ਵਿਖੇ ਬਤੌਰ ਇਲੈਕਟ੍ਰੀਸ਼ੀਅਨ ਦੁਕਾਨ ਕਰਨ ਵਾਲੇ ਸ਼੍ਰੀ ਚਮਨ ਲਾਲ ਬਾਵਾ ਦਾ ਕਹਿਣਾ ਹੈ ਕਿ ਉਸ ਨੂੰ ਬੇਹੱਦ ਖੁਸ਼ੀ ਅਤੇ ਮਾਣ ਮਹਿਸੂਸ ਹੋ ਰਿਹਾ ਹੈ ਕਿ ਉਸ ਦੇ ਬੱਚਿਆਂ ਨੇ ਉਸ ਦੀ ਦਸਾਂ ਨੌਹਾਂ ਦੀ ਕਿਰਤ ਕਮਾਈ ਨੂੰ ਸਫਲ ਬਣਾਇਆ ਹੈ। ਏਸ਼ੀਅਨ ਚੈਂਪੀਅਨਸ਼ਿਪ ਮਤਲਬ ਢਾਕਾ ਖੇਡਿਆ, ਜਿਹਦੇ ਵਿੱਚ ਉਸਨੇ ਸਿਲਵਰ ਮੈਡਲ ਜਿਹੜਾ ਹੈ ਦੀ ਜਿੱਤ ਪ੍ਰਾਪਤ ਕੀਤੀ ਹੈ, ਅਤੇ ਸਾਨੂੰ ਉਸ 'ਤੇ ਬਹੁਤ ਮਾਣ ਮਹਿਸੂਸ ਹੁੰਦਾ ਕਿਉਂਕਿ ਸਾਰੇ ਸਾਡੇ ਪਿੰਡ ਵੱਲੋਂ, ਸਾਰੇ ਮਤਲਬ ਪਰਿਵਾਰ ਵੱਲੋਂ ਅਤੇ ਸਾਡੇ ਨਗਰ ਵੱਲੋਂ ਬਹੁਤ ਮਾਣ ਮਹਿਸੂਸ ਕੀਤਾ ਗਿਆ ਹੈ, ਅਤੇ ਉਸ 'ਤੇ ਆਉਣ 'ਤੇ ਅਸੀਂ ਹੋਰ ਵੀ ਮਤਲਬ ਖੁਸ਼ੀ ਪ੍ਰਾਪਤ ਕਰਾਂਗੇ, ਕਿਉਂਕਿ ਜਦੋਂ ਆਏਗਾ ਉਸ ਤੋਂ ਵੱਧ ਇਸ ਤੋਂ ਮਤਲਬ ਅਸੀਂ ਖੁਸ਼ੀ ਪ੍ਰਾਪਤ ਕਰਾਂਗੇ। ਅਤੇ ਪਰਿਵਾਰ ਦੇ ਵਿੱਚ ਹੋਰ ਵੀ ਕੋਈ ਬੱਚੇ ਤੁਹਾਡੇ ਖੇਡਦੇ ਨੇ ਜਾਂ ਕਦੋਂ ਤੋਂ ਇਹਨਾਂ ਨੂੰ ਇਹ ਲੱਗ ਲੱਗੀ ਹੈ? ਇਹ ਇਸ ਤੋਂ ਪਹਿਲਾਂ ਮੇਰੀ ਬੇਟੀ ਹੈ ਸੁਮਨਦੀਪ ਕੌਰ, ਜੋ ਕਿ ਉਹ ਅਮੈਰੀਕਾ ਵਿੱਚ 2 ਵਾਰ ਗੋਲਡ ਮੈਡਲ ਜਿੱਤ ਕੇ ਆ ਗਈ ਹੈ। ਪਹਿਲੀ ਵਾਰ 3 ਗੋਲਡ ਮੈਡਲ ਜਿੱਤੇ ਉਸਨੇ ਤੀਰ ਅੰਦਾਜ਼ੀ 'ਚ, ਆਰਚਰੀ ਜਿਹਨੂੰ ਇੰਗਲਿਸ਼ 'ਚ ਬੋਲਦੇ ਨੇ, ਅਤੇ ਦੂਸਰੇ ਸਾਲ 'ਚ ਉਹ ਮਤਲਬ 1 ਗੋਲਡ ਮੈਡਲ 2 ਸਿਲਵਰ ਦੇ ਜਿੱਤ ਕੇ ਪ੍ਰਾਪਤ ਉਹਨੇ ਕੀਤੇ ਨੇ, ਅਤੇ ਮੈਂ ਹੀ ਬਹੁਤ ਮਾਣ ਮਹਿਸੂਸ ਕਰਦੇ ਹਾਂ ਸਾਡੇ ਬੱਚਿਆਂ ਦਾ, ਸਾਨੂੰ ਬਹੁਤ ਮਾਣ ਆ ਕਿਉਂਕਿ ਉਹਨਾਂ ਨਗਰ ਦਾ ਮਾਣ ਵੀ ਬਹੁਤ ਉੱਚਾ ਕੀਤਾ ਅਤੇ ਸਾਡੇ ਦੇਸ਼ ਦਾ ਨਾਮ ਵੀ ਬਹੁਤ ਉੱਚਾ ਕੀਤਾ। ਅਤੇ ਮਤਲਬ ਕਿ ਕੀ ਤੁਸੀਂ ਇਹਨਾਂ ਦੇ ਕਦੋਂ ਤੋਂ ਇਹਨਾਂ ਸਮਝ ਲਗਨ ਲੱਗੀ ਸੀ ਇਸ ਖੇਡ ਵੱਲ? ਇਹਨਾਂ ਨੂੰ ਜੀ ਅੱਜ ਤੋਂ ਕੋਈ 4-5 ਸਾਲ ਹੀ ਹੋ ਗਏ ਜਦੋਂ ਦੇ ਯੂਨੀਵਰਸਿਟੀ 'ਚ ਮਤਲਬ ਅੰਮ੍ਰਿਤਸਰ ਤੋਂ ਇਹ ਖੇਡਣਾ ਸ਼ੁਰੂ ਕੀਤਾ ਸੀ ਇਹਨਾਂ, ਜੋ ਕਿ ਉਹ ਮਤਲਬ ਸਾਨੂੰ ਹਰੀਸ਼ ਸ਼ਾਹ ਸਰ ਜਿਹੜਾ ਹੈ ਉਸਨੇ ਮਤਲਬ ਇਹ ਪ੍ਰੇਰਨਾ ਦਿੱਤੀ ਸੀਗੀ, ਅਤੇ ਇਹਦੀ ਪ੍ਰੇਰਨਾ ਦੇ ਸਦਕਾ ਹੀ ਅੱਜ ਸਾਡੇ ਬੱਚੇ ਜਿਹੜੇ ਇੱਥੋਂ ਦੀ ਵੱਡੀਆਂ ਬੁਲੰਦੀਆਂ ਨੂੰ ਸੁਣ ਰਹੇ ਨੇ। ਕੀ ਮਾਣ ਮਹਿਸੂਸ ਹੋ ਰਿਹਾ ਮਾਣ? ਅੱਜ ਤੋਂ ਅੱਜ ਤਾਂ ਸਾਨੂੰ ਬਹੁਤ ਖੁਸ਼ੀ ਦੀ ਗੱਲ ਆ, ਬਹੁਤ ਮਾਣ ਮਹਿਸੂਸ ਹੋਣ ਡਿਆ ਬੱਚਿਆਂ 'ਤੇ, ਔਰ ਇਸ ਤੋਂ ਵੱਧ ਜਿਹੜਾ ਕੋਚ ਸਾਹਿਬ ਜਿਹਨੇ ਕੋਚਿੰਗ ਦਿੱਤੀ ਇਹਨਾਂ ਨੂੰ ਉਹਦਾ ਮਾਣ ਸਭ। ਪਿੰਡ ਦੇ ਨਿਵਾਸੀ ਨੌਜਵਾਨ ਸਿਮਰਤਪਾਲ ਸਿੰਘ ਸੁੱਗਾ, ਸਾਹਿਬ ਸਿੰਘ ਸੁੱਗਾ ਅਤੇ ਭੁਪਿੰਦਰ ਸਿੰਘ ਮਰਗਿੰਦਪੁਰਾ ਦਾ ਕਹਿਣਾ ਸੀ ਕਿ ਉਹਨਾਂ ਨੂੰ ਬੇਹੱਦ ਖੁਸ਼ੀ ਅਤੇ ਮਾਣ ਮਹਿਸੂਸ ਹੋ ਰਿਹਾ ਹੈ। ਉਹਨਾਂ ਕਿਹਾ ਕਿ ਗੁਰਵਿੰਦਰ ਸਿੰਘ ਬਾਵਾ ਦਾ ਪਿੰਡ ਆਉਣ ਅਤੇ ਹਲਕਾ ਵਿਧਾਇਕ ਸਰਦਾਰ ਸੁਖਪਾਲ ਸਿੰਘ ਭੁੱਲਰ ਉਹਨਾਂ ਦੀ ਅਗਵਾਈ ਅਤੇ ਹਾਜ਼ਰੀ ਵਿੱਚ ਭਰਵਾਂ ਸਵਾਗਤ ਕੀਤਾ ਜਾਵੇਗਾ। ਢਾਕਾ ਦੇ ਵਿੱਚ ਏਸ਼ੀਅਨ ਚੈਂਪੀਅਨਸ਼ਿਪ ਦੇ ਵਿੱਚ ਆਪਣਾ ਮੈਡਲ ਜਿੱਤਿਆ, ਉਸ 'ਤੇ ਸਾਨੂੰ ਬਹੁਤ ਹੀ ਮਾਣ ਹੈ, ਔਰ ਪਿੰਡ ਵਾਸੀਆਂ ਨੂੰ ਬਹੁਤ ਮਾਣ ਹੈ, ਇਲਾਕਾ ਨਿਵਾਸੀਆਂ ਨੂੰ ਬਹੁਤ ਮਾਣ ਹੈ, ਸਾਡੇ ਦੇਸ਼ ਦਾ ਨਾਮ ਉਸ ਨੇ ਉੱਚਾ ਚੁੱਕਿਆ ਹੈ, ਇਸ 'ਤੇ ਬਸ ਸਾਨੂੰ ਬਹੁਤ ਹੀ ਮਾਣ ਹੈ, ਔਰ ਪਿੰਡ ਵਾਲੇ ਘਰ ਵਾਲੇ ਬਹੁਤ ਹੀ ਇਸ 'ਤੇ ਖੁਸ਼ੀ ਜ਼ਾਹਿਰ ਕਰ ਰਹੇ ਹਨ। ਅਤੇ ਕੀ ਤੁਸੀਂ ਇਹਨਾਂ ਦੇ ਵਾਸਤੇ ਗਾਂ ਸਰਕਾਰ ਕੋਲੋਂ ਮੰਗ ਕਰਦੇ ਜੇ, ਕੀ ਅੱਗੇ ਕੋਈ ਇਹਨਾਂ ਨੇ ਯਤਨ ਕੀਤਾ, ਸਰਕਾਰ ਨੇ ਇਹਨਾਂ ਨੂੰ ਕੋਈ ਮਾਨ ਸਨਮਾਨ ਦੇਣ ਦਾ ਜਾਂ ਕੀ ਮੰਗ ਕਰਦੇ ਜੇ ਪਰਿਵਾਰ ਵਾਸਤੇ? ਹਾਂਜੀ, ਅਸੀਂ ਤਾਂ ਇਹੋ ਮਾਣ ਕਰਦੇ ਹਾਂ ਵੀ ਇਹਨਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦਿੱਤੀਆਂ ਜਾਣ, ਇਹਨਾਂ ਨੂੰ ਵੱਧ ਤੋਂ ਵੱਧ ਇਹਨਾਂ ਦਾ ਜਿਹੜਾ ਉੱਚ ਅਹੁਦੇ 'ਤੇ ਬਿਰਾਜਮਾਨ ਕੀਤਾ ਜਾਵੇ, ਇਹਨਾਂ ਦਾ ਜਿਹੜੀ
ਕੁਆਲੀਫਿਕੇਸ਼ਨ ਦੇ ਹਿਸਾਬ ਨਾਲ ਜੋ ਵੀ ਹੈਗਾ ਇਹਨਾਂ ਨੂੰ ਬਣਦਾ ਮਾਨ ਸਨਮਾਨ ਦਿੱਤਾ ਜਾਵੇ। ਕੀ ਜਦੋਂ ਬਲਕਿ ਪਿੰਡ ਵਿੱਚ ਗੁਰਵਿੰਦਰ ਸਿੰਘ ਦੀ ਵਾਪਸੀ ਹੋਈ ਘਰ ਵਾਪਸੀ ਉਦੋਂ ਕੀ ਇਹਨਾਂ ਦੇ ਮਾਨ ਸਨਮਾਨ 'ਚ ਸਮਾਗਮ ਹੋਏਗਾ? ਬਿਲਕੁਲ ਅਸੀਂ ਕਰਾਂਗੇ ਜੀ, ਜ਼ੋਰ ਸ਼ੋਰ ਨਾਲ ਕਰਾਂਗੇ। ਅੱਗੇ ਵੀ ਇਹਨਾਂ ਦੀ ਬੇਟੀ ਇੱਕ ਅਮੈਰੀਕਾ ਤੋਂ ਜਿੱਤ ਕੇ ਆਈ, ਉਦੋਂ ਵੀ ਬਹੁਤ ਕੀਤਾ ਸੀ ਅਸੀਂ, ਉਹ ਹੁਣ ਵੀ ਕਰਾਂਗੇ, ਅਸੀਂ ਇਸੇ ਤਰ੍ਹਾਂ ਹੀ ਕਰਦੇ ਰਹਾਂਗੇ। ਹਾਂਜੀ ਹਾਂਜੀ, ਕੀ ਨਾਂ ਜੀ ਤੁਹਾਡਾ ਅਤੇ ਕੀ ਤੁਸੀਂ ਇਹ ਕਹਿਣਾ ਚਾਹੁੰਦੇ ਜੋ ਇਸ ਪਿੰਡ ਨੇ ਮਾਨ ਸਨਮਾਨ ਜਿਹੜਾ ਹਾਸਲ ਕੀਤਾ ਵਾ, ਇਸ ਤੋਂ ਪਹਿਲਾਂ ਵੀ ਕਾਫੀ ਪਿੰਡ ਨੂੰ ਸਨਮਾਨ ਮਿਲ ਚੁੱਕੇ ਆ, ਅਤੇ ਇਹ ਸਰਹੱਦੀ ਖੇਤਰ ਹੋਣ ਕਰਕੇ ਕਿੰਨਾ ਕੁ ਤੁਸੀਂ ਸਮਝਦੇ ਵੀ ਇਹਨਾਂ ਦਾ ਨਾਂ ਜਿਹੜਾ ਪਿੰਡ ਦਾ ਰੋਸ਼ਨ ਹੋਇਆ ਅਤੇ ਸਰਕਾਰ ਨੂੰ ਇਸ ਬੱਚੇ ਦੀ ਬਾਂਹ ਫੜਨੀ ਚਾਹੀਦੀ ਹੈ? ਮੈਂ ਸਿਮਰਤਪਾਲ ਸਿੰਘ, ਇਸੇ ਪਿੰਡ ਦਾ ਵਾਸੀ ਹਾਂ। ਇਹ ਪਰਿਵਾਰ ਨੇ ਅੱਗੇ ਵੀ ਪਿੰਡ ਦਾ ਨਾਂ ਰੋਸ਼ਨ ਕੀਤਾ, ਜਿੱਥੇ ਪੰਜਾਬ 'ਚ ਨਹੀਂ ਪੂਰੇ ਇੰਡੀਆ ਲੈਵਲ 'ਤੇ ਤੀਰਅੰਦਾਜ਼ੀ ਗੇਮ 'ਚ ਕੀਤਾ ਹੈ। ਹੁਣ ਇਹਨਾਂ ਦੇ ਪਹਿਲਾਂ ਇਹਨਾਂ ਦੇ ਗੁਰਵਿੰਦਰ ਸਿੰਘ ਸਾਡੇ ਪਿੰਡ ਦਾ ਖਿਡਾਰੀ ਆ, ਜਿਹਨੇ ਏਸ਼ੀਅਨ ਚੈਂਪੀਅਨਸ਼ਿਪ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿੱਚ ਜੋ ਵੀ ਹੋਈਆਂ ਉਹਦੇ ਵਿੱਚ ਸਿਲਵਰ ਮੈਡਲ ਜਿੱਤ ਕੇ ਬਹੁਤ ਹੀ ਪਿੰਡ ਦਾ ਅਤੇ ਪੰਜਾਬ ਦਾ ਨਾਂ ਰੋਸ਼ਨ ਕਰਕੇ ਬਹੁਤ ਸਾਨੂੰ ਖੁਸ਼ੀ ਦੀ ਗੱਲ ਹੈ। ਅਤੇ ਕੀ ਤੁਸੀਂ ਸਮਝਦੇ ਇਸ ਤੋਂ ਪਹਿਲਾਂ ਵੀ ਇਹ ਪਰਿਵਾਰ ਨੇ ਕੋਈ ਮਾਨ ਸਨਮਾਨ ਹਾਸਲ ਕੀਤੇ ਜਾਂ ਕਿਹੜੇ ਵਰਗ ਤੋਂ ਇਹ ਪਰਿਵਾਰ ਹੈ ਜਿਹੜਾ ਇਸ ਖੇਡਾਂ ਨਾਲ ਜੁੜਿਆ? ਇਹ ਬਹੁਤ ਹੀ ਪਛੜੇ ਗਰੀਬ ਵਰਗ ਪਰਿਵਾਰ 'ਚੋਂ ਉੱਠ ਕੇ ਇਹਨਾਂ ਬੱਚਿਆਂ ਨੇ ਬਹੁਤ ਮਿਹਨਤ ਕਰਕੇ ਬਹੁਤ ਹੀ ਜ਼ਿਆਦਾ ਸਫਲਤਾ ਹਾਸਲ ਕੀਤੀ ਆ। ਸਾਡਾ ਜਿਹੜਾ ਏਰੀਆ ਪਛੜਿਆ ਸਰਹੱਦੀ ਏਰੀਆ, ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਇਹਨਾਂ ਦੀ ਮਦਦ ਕੀਤੀ ਜਾਵੇ, ਹੋਰ ਖਿਡਾਰੀਆਂ ਦੇ ਹੌਸਲਾ ਵਧਾਇਆ ਜਾਵੇ ਅਤੇ ਹੋਰ ਜ਼ਿਆਦਾ ਖਿਡਾਰੀ ਇਸ ਧਰਤੀ ਤੋਂ ਪੈਦਾ ਹੋਣ। ਕੀ ਇਸ ਤੋਂ ਪਹਿਲਾਂ ਵੀ ਜਿਹੜਾ ਮਤਲਬ ਕਿ ਇਹਨਾਂ ਨੇ ਮਾਨ ਸਨਮਾਨ ਹਾਸਲ ਕੀਤੇ ਉਹਦੇ ਵਾਸਤੇ ਕੋਈ ਸਰਕਾਰ ਨੇ ਜਾਂ ਸਰਕਾਰ ਦੇ ਨੁਮਾਇੰਦੇ ਨੇ ਇਹਨਾਂ ਦਾ ਸਨਮਾਨ ਕੀਤਾ? ਹਾਂਜੀ ਕੀਤਾ। ਇਸ ਤੋਂ ਪਹਿਲਾਂ ਇਹਨਾਂ ਦੀ ਸਿਸਟਮ ਨੇ ਅਮੈਰੀਕਾ ਦੇ ਵਿੱਚ ਜੋ ਗੇਮਸ ਹੋਈ ਉਹਨਾਂ ਦੇ ਵਿੱਚ ਗੋਲਡ ਮੈਡਲ ਜਿੱਤ ਕੇ ਪੂਰਾ ਹੀ ਪੰਜਾਬ ਦਾ ਪੂਰੇ ਇੰਡੀਆ ਦਾ ਨਾਂ ਰੋਸ਼ਨ ਕੀਤਾ ਹੈ। ਉਸ ਦੇ ਤਹਿਤ 'ਚ ਪੂਰਾ ਹੀ ਪਿੰਡ ਵਾਲਿਆਂ ਨੇ ਬਹੁਤ ਵਧੀਆ ਸਵਾਗਤ ਕੀਤਾ ਹੈ। ਸਾਡੇ ਹਲਕੇ ਦੇ MLA ਸੁਖਪਾਲ ਸਿੰਘ ਭੁੱਲਰ ਆਏ ਸਨ, ਉਹਨਾਂ ਨੇ ਸਨਮਾਨ ਇਹਨਾਂ ਨੂੰ ਬਹੁਤ ਦਿੱਤਾ, ਉਹ ਇਹਨਾਂ ਦੇ ਨਾਲ ਪੂਰੇ ਹੀ ਸਹਿਯੋਗ ਦੇਣ ਦਾ। ਅਤੇ ਕੀ ਇਸ ਵਾਰ ਵੀ ਜਿਹੜਾ ਗੁਰਵਿੰਦਰ ਸਿੰਘ ਦੇ ਆਉਣ 'ਤੇ ਕੁਛ ਕੀਤਾ ਜਾਊਗਾ ਪਿੰਡ? ਹਾਂਜੀ, ਗੁਰਵਿੰਦਰ ਸਿੰਘ ਪਿੰਡ ਆਉਣ 'ਤੇ ਪੂਰਾ ਉਹਦਾ ਭਰਵਾਂ ਸਵਾਗਤ ਕੀਤਾ ਜਾਊਗਾ, ਸਾਡੇ MLA ਸਾਹਿਬ ਆਉਣਗੇ, ਪੂਰਾ ਸਵਾਗਤ ਕਰਨਾ। ਹੁਣ ਆਗਿਆ ਦਿਓ, ਇਜਾਜ਼ਤ ਮੰਗਦੇ ਹਾਂ, ਧੰਨਵਾਦ।